मुलाकातों की लड़ी शुरू हो चुकी है। साढ़े नाल जो अज पहली मुलाकात लई हाजिर ने भाई गुरदीप रब्बों जी, आओ उन्होंने गलबात करते हैं तो जानकारी लेने उन्होंने जिंदगी बारे, उन्होंने हुण तक के कैरियर बारे। सत श्री अकाल भाई जी। हाँ जी, सत श्री अकाल जी। सारे कबूतरबाज वीरां नूं सत श्री अकाल जी। की हाल चाल ने भाजी? वधिया वधिया जी, ठीक है जी। सारे अज पिंड खड़ियाण विच बाई चारी है, होर लै रहे हो आनंद पूरा जी? हाँ जी हाँ जी, पूरा आनंद लै रहे हैं तो बाजी बहुत वधिया करवाउंदे आ वीर होणी। हाँ जी, बांटी वीर ते हैप्पी होर बाकी पिंड वाले वीर सारे वधिया प्रबंध हुंदा इन्हां दा पूरा जी। जी गुरदीप रब्बो जी, बाई तुहाडा पूरा नाम की है जी? गुरदीप सिंह है जी। गुरदीप सिंह। हाँ जी। रब्बो वीरे अपना गोत है जां पिंड है वीरे? नहीं पिंड आई। ठीक है जी। हाँ जी, पिंड रब्बो नीची। ਇਹ ਕਿੱਥੇ ਪੈਂਦਾ ਵੀਰੇ ਪਿੰਡ? ਇਹ ਪੈ ਜਾਂਦਾ ਜੀ ਆਪਣਾ ਮਲੌਦ ਨੇੜੇ ਪੈ ਜਾਂਦਾ ਜੀ, ਰਾੜਾ ਸਾਹਿਬ ਦੇ ਨੇੜੇ ਪੈ ਜਾਂਦਾ ਜੀ। ਹਾਂਜੀ ਠੀਕ ਹੈ ਜੀ। ਰਾੜਾ ਸਾਹਿਬ ਤੋਂ ਕਿੰਨੀ ਕੁ ਦੂਰੀ? 7-8 ਕਿਲੋਮੀਟਰ ਤੇ ਪੈ ਜਾਂਦਾ ਜੀ। ਹਾਂਜੀ। ਤੇ ਬਾਈ ਜੀ ਦੇ ਜਨਮ ਦੀ ਗੱਲ ਕਰੀਏ, ਬਾਈ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਵੀਰੇ? ਪਿੰਡ ਰੱਬੋਂ ਨੀਚੀ ਜੀ। ਹਾਂਜੀ 1981। 1981। ਹਾਂਜੀ ਠੀਕ ਹੈ। ਤੇ ਬਾਈ ਜੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਕਿੱਥੋਂ ਤੱਕ ਬਾਈ ਜੀ ਨੇ ਪੜ੍ਹੇ ਹੋਏ ਆ? ਮੈਂ ਵੀਰੇ ਪਲੱਸ 2 ਲਸੋਈ ਸਕੂਲ ਤੋਂ ਕੀਤੀ। ਠੀਕ ਹੈ। ਹਾਂਜੀ। ਉਸ ਤੋਂ ਬਾਅਦ ਟ੍ਰੇਨਿੰਗ ਕੀਤੀ ਪੜਨ ਦੀ? ਨਹੀਂ ਜੀ, ਉਸ ਤੋਂ ਬਾਅਦ ਬਸ ਘਰ ਦੇ ਕੰਮ ਤੇ ਕਬੱਡੀ ਖੇਡਦੇ ਸੀ ਪਹਿਲਾਂ। ਠੀਕ ਹੈ ਜੀ। ਫਿਰ ਸੱਟ ਲੱਗ ਗਈ, ਕਬੱਡੀ ਖੇਡਣੀ ਛੱਡਤੀ ਸੀ ਤੇ ਫਿਰ ਘਰ ਦੇ ਕੰਮਾਂ ਦੇ ਵਿੱਚ। ਠੀਕ। ਉਸ ਤੋਂ ਬਾਅਦ ਫਿਰ ਕਹਦੀ ਫਿਰ ਕੂਤਰਵਾਈ ਦਾ ਸ਼ੌਂਕ ਪੈ ਗਿਆ? ਕੂਤਰਵਾਈ ਦਾ ਸ਼ੌਂਕ ਤਾਂ ਛੋਟੇ ਛੋਟੇ ਹੁੰਦਿਆਂ ਨੂੰ ਬਹੁਤ ਕੁੱਟ ਖਾਧੀ ਆਈ ਘਰੇ ਨਮਾਰੀ ਦੇ ਵਿੱਚ। ਦਾਦਾ ਜੀ ਦੀ ਉਹਨਾਂ ਨੇ ਪੁੱਛਣਾ ਕਿਵੇਂ ਰੱਖੇ ਆ, ਕੀ ਆ ਤੁਹਾਡੇ ਕੋਲ? ਅਸੀਂ ਕਹਿੰਦੇ ਸੀ ਇਸ ਤਾਂ ਕਿਤਾਬਾਂ ਪਈਆਂ, ਸਾਡੀਆਂ ਕਾਪੀਆਂ ਪਈਆਂ। ਠੀਕ ਹੈ ਜੀ। ਤੇ ਆਪਣੇ 3 ਮਕਾਨ ਸੀ, ਉਹ ਨਮਾਰੀ ਦੇ ਵਿੱਚ ਸਾਡੇ ਰੱਖੇ ਹੁੰਦੇ ਸੀ ਛੋਟੇ ਛੋਟੇ ਹੁੰਦਿਆਂ ਦੇ। ਉਹਦੇ ਵਿੱਚ ਦਾਣਾ ਪਾਣੀ ਪਾ ਦੇਣਾ ਤੇ ਗੇਟ ਵੱਡਾ ਲਾ ਕੇ ਉਧਰੋਂ ਧਿਆਨ ਰੱਖਣਾ ਵੀ ਆਉਂਦੇ ਤਾਂ ਨਹੀਂ ਇੱਧਰ। ਜਦੋਂ ਘਰੇ ਪਤਾ ਲੱਗ ਜਾਂਦਾ ਸਾਨੂੰ ਕੁੱਟਦੇ ਬਹੁਤ ਸੀ। ਅੱਛਾ ਜੀ। ਹਾਂਜੀ। ਇੱਕ ਵਾਰੀ ਅਸੀਂ 2-3 ਬਾਜ਼ੀਆਂ ਛੱਡੀਆਂ ਜਿੱਦਾਂ 20-20 ਰੁਪਏ ਇਕੱਠੇ ਕਰਕੇ। ਪਹਿਲਾਂ ਜੱਲੇਬਾਜੀ ਛੱਡੀ ਅਸੀਂ 350 ਨੂੰ ਜੀ। ਠੀਕ ਹੈ ਜੀ। ਹਾਂਜੀ। ਫਿਰ ਭਾਡੇ ਵਾਲ ਛੱਡੀ ਸੀ। ਠੀਕ ਹੈ ਜੀ। ਹਾਂਜੀ। ਯਾਨੀ ਕਿ ਜਦੋਂ ਛੋਟੇ ਹੁੰਦੇ ਸੀ ਤੁਹਾਨੂੰ ਬਚਪਨ ਹੀ ਸ਼ੌਂਕ, ਬਚਪਨ ਤੋਂ ਕਦੋਂ ਕਦੋਂ ਲੱਗਦਾ ਵੀ ਤੁਹਾਨੂੰ ਸ਼ੌਂਕ ਪੈ ਚੁੱਕਿਆ ਸੀ ਬਚਪਨ 'ਚ? ਸ਼ੌਂਕ ਤਾਂ ਜੀ ਉਦੋਂ ਮੈਂ 9-10 ਸਾਲ ਦਾ ਸੀ। ਠੀਕ ਹੈ ਵੀਰੇ। ਜਿੱਦਾਂ ਸ਼ੌਂਕ ਪਿਆ ਜੀ, ਰੱਖੇ ਜਿੱਦਾਂ ਹੀ ਆਈ ਅਸੀਂ ਬਸ ਰੱਖ ਲੈਂਦੇ ਸੀ ਚੋਰੀ ਘਰਦਿਆਂ ਤੋਂ, ਕਦੇ ਕਿਸੇ ਦੇ ਘਰੇ ਰੱਖ ਲਏ, ਕਦੇ ਕਿਸੇ ਦੇ ਰੱਖ ਲਏ। ਹਾਂਜੀ। ਇਹ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਨਹੀਂ ਸੀ ਪਹਿਲਾਂ, ਹੈ ਨਾ? ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਨਹੀਂ ਸੀ। ਜੀ ਜੀ। ਹਾਂਜੀ। ਉਸ ਤੋਂ ਬਾਅਦ ਜਿੱਦੇ ਰੱਖਿਆ ਹੀ ਅਸੀਂ ਆਪਣੇ ਜਦੋਂ ਲੱਗ ਸੀ ਰੱਖ ਲਏ ਕਬੂਤਰ ਰੱਖ ਲਏ। ਘਰੇ ਬਹੁਤ ਛਿੱਤਰ ਪੈਂਦੇ ਸੀ, ਕਿਉਂ ਤੁਸੀਂ ਇਹਨਾਂ ਦੇ ਪਿੱਛੇ ਫਿਰਦੇ ਹੋ, ਕਿਉਂ ਰੱਖੇ ਆ? ਤੇ ਉਸ ਤੋਂ ਬਾਅਦ ਬਾਜ਼ੀਆਂ ਬੂਜੀਆਂ ਛੱਡਣ ਲੱਗ ਗਏ। ਫਿਰ ਬਾਈ ਉਹਨਾਂ ਕੋਲ ਚਲੇ ਗਏ ਆਪਾਂ ਜਾਣਦੀ ਸੋਨੀ ਵੀਰ ਤੇ ਬਾਈ ਗੁਲਜ਼ਾਰ ਬਾਈ ਜੀ। ਹਾਂਜੀ, ਉਹਨਾਂ ਹੀ ਸਦਕਾ ਆਪਾਂ ਇੱਥੇ ਆਈ। ਹਾਂਜੀ, ਬਾਈ ਉਹਨਾਂ ਦਾ ਬਹੁਤ ਧੰਨਵਾਦ ਜੀ। ਜੀ ਠੀਕ ਹੈ ਜੀ। ਬਾਈ ਕੋਈ ਇੱਦਾਂ ਦਾ ਵਾਕਿਆ ਮੈਂ ਸਾਡੇ ਨਾਲ ਸਾਂਝਾ ਕਰੋ ਜਿੱਦਣ ਬਾਈ ਨੂੰ ਲੱਗਿਆ ਹੋਵੇ, ਗੁਰਦੀਪ ਬਾਈ ਨੂੰ ਲੱਗਿਆ ਹੋਵੇ ਵੀ ਯਾਰ ਅੱਜ ਕਬੂਤਰ ਤਾਂ ਅੱਜ ਬਾਅਦ ਨਹੀਂ ਰੱਖਣੇ ਆਪਾਂ ਨੇ, ਸ਼ੌਂਕ ਨੂੰ ਆਪਾਂ? ਕੋਈ ਇੱਦਾਂ ਦਿਨ ਕਦੇ ਆਇਆ ਸੀਗਾ ਆਪਣੇ ਨਾਲ ਕਦੇ ਵੀ ਜਾਂ ਕੋਈ ਉਹਨੇ ਚੋਰੀ ਛੁਪੇ ਚੱਲਦਾ ਰਿਹਾ ਕੰਮ ਥੋੜ੍ਹਾ ਬਹੁਤ ਆਪਣਾ ਫਿਰ ਵੱਧਦਾ ਰਿਹਾ? ਕੋਈ ਇੱਦਾਂ ਦਾ ਕਦੇ ਲੱਗਦਾ ਵੀ ਯਾਰ ਅੱਜ ਛੱਡਣਾ ਪਊਗਾ ਸ਼ੌਂਕ ਨੂੰ, ਜਾਂ ਘਰਦਿਆਂ ਪਰ ਇੱਦਾਂ ਦਾ ਕਦੇ ਹੋਇਆ ਹੋਵੇ? ਘਰਦਿਆਂ ਨਾਲ ਹੀ ਚੱਕਰੇ ਸੀ, ਹੁਣ ਰੱਖੇ ਤਾਂ ਹੋਏ ਸੀ ਆਪਣੇ ਪਰ ਘਰੇ ਛਿੱਤਰ ਬਹੁਤ ਪੈਂਦੇ ਸੀ। ਪਰ ਇਹ ਹੁੰਦਾ ਸੀ ਵੀ ਛੱਡਣੇ ਨਹੀਂ ਹੈਗੇ, ਵੀ ਕੁਛ ਕਹਿਣ ਕੁੱਟਣ ਮਾਰਨੇ ਜੀ, ਪਰ ਕਬੂਤਰ ਨਹੀਂ ਛੱਡਣੇ ਹੈਗੇ ਜੀ। ਕੰਮ ਵੀ ਸਾਰਾ ਕਰਨਾ ਤੇ ਸਵੇਰੇ ਉੱਠ ਕੇ ਹੁਣ ਸਾਰਾ ਖੇਤੀ ਦਾ ਕੰਮ ਕਰਦੇ ਸੀ, ਸਵੇਰੇ 3 ਵਜੇ ਖੱਤੇ ਚਲੇ ਜਾਂਦੇ ਸੀ। ਪਰ ਇਹ ਕਹਿੰਦੇ ਸੀ ਜਿੱਥੇ ਅਸੀਂ ਮੋਟਰ ਸੀ, ਮੋਟਰ ਤੇ ਵੀ ਅਸੀਂ ਖੁੱਡੇ ਪਾ ਕੇ ਉੱਥੇ ਰੱਖਣੇ, ਉੱਥੇ ਹੀ ਕੰਮ ਕਰਨਾ। ਹਾਂਜੀ ਠੀਕ ਹੈ। ਮੋਟਰ ਤੇ ਹੀ ਬਹੁਤ ਟਾਈਮ ਕਬੂਤਰ ਰੱਖਿਆ ਜੀ ਅਸੀਂ, ਪਰ ਕਹਿੰਦੇ ਸੀ ਕੰਮ ਕਰਾਂਗੇ ਕਬੂਤਰ ਰੱਖਾਂਗੇ। ਪਰ ਹਾਂਜੀ ਕੰਮ ਚਾਹੀਦਾ ਤਾਂ ਸਾਰਾ ਦਿਨ ਕਰਾ ਲਓ, ਰਾਤ ਕਰਾ ਲਓ, ਪਰ ਕਬੂਤਰ ਨਹੀਂ ਛੱਡਣੇ ਜੀ ਅਸੀਂ। ਬਾਈ ਜੀ ਕੋਈ ਆਪਾਂ ਜਦੋਂ ਤੁਸੀਂ ਕਬੂਤਰਬਾਜ਼ੀ ਸ਼ੌਂਕ ਦੇ ਵਿੱਚ ਪੈਰ ਰੱਖਿਆ ਤੇ ਆਪਾਂ ਨੂੰ ਇੱਦਾਂ ਯਾਦ ਤੁਸੀਂ ਪਹਿਲੀ ਬਾਜੀ ਕਿੱਥੇ ਛੱਡੀ ਸੀਗੀ ਤੇ ਆਪਣਾ ਕਿੰਨੇ ਕੁ ਵਜੇ ਕਬੂਤਰ ਬੈਠ ਗਿਆ ਸੀ, ਜਾਂ ਜਿੱਤਿਆ ਸੀ ਜਾਂ ਹਾਰਿਆ ਸੀ? ਕੁਛ ਯਾਦ ਆ ਜੀ ਆਪਾਂ ਨੂੰ? ਪਹਿਲੀ ਵਾਰੀ ਆਪਾਂ ਛੱਡਿਆ ਜੀ ਬਾਜ਼ੀਆਂ ਤਾਂ ਜੀ ਬਹੁਤ ਛੱਡੀਆਂ ਨੇ। ਪਹਿਲੀ ਵਾਰੀ ਜਦੋਂ ਆਪਾਂ ਨੇ ਜਦੋਂ ਕਬੂਤਰਬਾਜ਼ੀ ਲਾਈਨ ਦੇ ਵਿੱਚ ਆਏ, ਜਦੋਂ ਕਬੂਤਰ ਲਾਈਨ ਦੇ ਵਿੱਚ ਤੁਸੀਂ ਆਏ ਜਦੋਂ ਤੇ ਤੁਹਾਨੂੰ ਪਹਿਲੇ ਤੌਰ 'ਤੇ ਤੁਸੀਂ ਬਾਜੀ ਛੱਡੀ, ਜਿਵੇਂ ਆਪਾਂ ਕਹਿ ਦਈਏ ਪ੍ਰੋਫੈਸ਼ਨਲ ਤੌਰ 'ਤੇ ਕਿਸੇ ਹੋਰ ਪਿੰਡ ਜਾ ਕੇ ਬਾਜੀ ਛੱਡੀ, ਜਿਵੇਂ ਘਰੇ ਆਪਾਂ ਕਬੂਤਰ ਛੱਡਦੇ ਸੀ ਪਿੰਡ 'ਚ ਛੱਡਦੇ ਸੀਗੇ, ਪਰ ਉਹ ਨਹੀਂ, ਪਰ ਜਿਵੇਂ ਕਿਸੇ ਪਿੰਡ ਦੇ ਕੰਪੀਟੀਸ਼ਨ ਜਾ ਕੇ ਲੜਿਆ ਆਪਾਂ, ਮੁਕਾਬਲਾ ਲੜਿਆ ਜਦੋਂ? ਹਾਂਜੀ ਕੰਪੀਟੀਸ਼ਨ ਆਪਾਂ ਨੇ ਪਹਿਲਾਂ ਬਾਜ਼ੀਆਂ ਛੱਡੀਆਂ ਜੀ, ਜਿਵੇਂ ਹੁਣ ਵਧੀਆ ਟੌਪ ਦੀਆਂ ਬਾਜ਼ੀਆਂ ਛੱਡੀਆਂ ਆਪਾਂ ਨੇ। ਪੁਰਥਲੇ ਬਾਜੀ ਛੱਡੀ ਆਪਾਂ ਨੇ ਵਧੀਆ, ਪਹਿਲਾਂ ਉੱਥੋਂ ਬਾਜੀ ਜਿੱਤੇ ਜੀ ਆਪਾਂ। ਨਿਯਮਪੁਰ ਛੱਡੀ। ਹਾਂਜੀ ਬਾਜੀਆਂ ਤਾਂ ਜੀ ਪਹਿਲਾਂ ਬਹੁਤ ਛੱਡੀਆਂ ਪਰ ਵਧੀਆ ਬਾਜੀਆਂ ਛੱਡੀਆਂ ਪਰ ਰੱਬ ਦੀ ਕਿਰਪਾ ਨਾਲ ਜੀ ਬਾਈ ਉਹਨਾਂ ਦੇ ਮਿਹਰ ਆ ਵਧੀਆ ਬਾਜੀਆਂ ਤਾਂ ਪਿੱਛੇ ਵੀ ਹੁਣ 18 'ਚ ਵੀ ਆਪਾਂ ਘੱਟੋ ਘੱਟ ਹੀ ਦੋ ਮੋਟਰਸਾਈਕਲ ਆਪਣੇ ਸਾਂਝੇ ਹੋ ਗਏ ਤੇ ਤਿੰਨ ਮੋਟਰਸਾਈਕਲ ਜਿੱਤੇ ਜੀ ਆਪਾਂ। ਭਮੱਦੀ ਵੀ ਬਹੁਤ ਚੰਗੇ ਉੱਡੇ ਕਬੂਤਰ ਜੀ ਬਈਏ ਵਾਲ ਵੀ ਬਰਮਪੁਰ ਵੀ ਵਧੀਆ ਬਾਜੀਆਂ ਚੰਗੇ ਉੱਡੇ ਜੀ। ਬਾਕੀ ਹੁਣ ਸਾਰੇ ਵੀਰਾਂ ਨੂੰ ਪਤਾ ਹੀ ਆਪਾਂ ਦੱਸਣ ਵਾਲੀ ਇਹ ਨਹੀਂ ਕਹਿੰਦੇ ਵੀ ਠੀਕ ਆ ਆਪਣੇ ਉੱਡੇ ਆ बाकी वीरों को पता ही जिदे उठते आ उन्होंने पता ही होंगे जी। बई जी कबूतरबाजी के उस्ताद किन्हां नूं मानते हो? बई गुलजार सदमा जी। हाँ जी हाँ जी अपने उस्ताद बई गुलजार सदमा जी बस करते ही बहुत करते जी पर असी भी कदे ये नहीं सोचा परिवार आई अपना। हाँ जी बाकी मोर बई आ वह भी आ सैलो सैल हुण जां बई कोले जां अपने कोल इकट्ठे ही रहिंदे सी। हाँ जी ਬਾਈ जी आप कबूतरों की गल करिए तो हुण इस वक्त थोड़े कोल किन्ने कबूतर घर रखे हुए जी? कबूतर ही अपने कोल बड़े कबूतर है 100 है जी 50 कबूतर है 50 मदीना है। हाँ जी तो किहड़े किस्मां दे अपने कोल कबूतर ने? अपने कोल बाई वाले जी सारे। हाँ गुलजार बाई वाले जी। हाँ जी हाँ जी बाई जिवें बाई आपां इनामां दी गल करिए तो जिवें इनामां दे विच तुसीं हुण तो तकरीबन 20-25 साल पहले तो कबूतरबाजी छड्डदे हो। हाँ जी छड्डदे इन्ना टाइम तो हो गया। हाँ जी हाँ जी तो उदों दे इनामां दे विच ते हुण दे इनामां दे विच फर्क तां बहुत ज़्यादा है। बई हुण बाजियां हुंदियां तां बहुत वड्डियां बाजियां हुंदियां ते वधिया बाजियां हुंदियां ने जी इनाम भी वधिया प्रबंध वधिया सारे जिन्ने वीर बाजियां करवाउंदे आ सारे वधिया बाजियां करवाउंदे आ ते इदां ही करवाउंदे रहण। बाकी सारे वीरां नूं इह बेनती हत्थ बन के भी किते भी बाजी ते जाने हो कोई कबूतरबाज वीर अपना कोई भी शरारत ना करे किसी भी तरह के भी अपने दे कबूतरां वालियां ते कोई भी इल्जाम लगता ना वो एक बंदा करने वाला हुंदा ते सारे वीरां नूं इह हुंदा यार कबूतरां वाले माड़े आ ठीक है जी। बाकी जिन्ने बाजियां ते जाने हो आपदे गड्डियां मोटरसाइकिल सारे सेफ्टी वाली जगह ते खड़ाओ कोई ये ना होए बंदा आके पिंड वाला कहे यार तुसीं रास्ते 'च खड़ा आने हो कोई लोग हाकां मारदे आ। सारे वीरां नूं हत्थ बन के बेनती है भी इह चीज़ां दा आप परहेज रखो सेफ्टी वाली जगह ते लाओ कोई आपां नूं कह ना सके भी कबूतरां वाले माड़े आ ठीक है जी। बाकी सारे वीरों को यह भी मेरी बेनती आ कोई भी बंदा किसी भी चीज़ वाला तो अपना कोई जाके तो पढ़ते ना अपने कर सको किसी के सामने कोई पिंड दे विच फिरदे आ गलियां च ना फिरो इंसाफ दियां बाजियां हुंदियां ने वधिया टैक के बाजियां देखो ऐन ठीक है जी। हाँ जी तो बई जी जिवें आपां मेरा सवाल इस इदा का मतलब जदों तुसीं कबूतरबाजी छड्डण लगे सी उदों कदे तुसीं इह सोचिया सी कि कोई एक टाइम इदा दा आऊगा भी इनाम दे विच मोटरसाइकिल ਗੱਡੀਆਂ ਜਾਂ ਟਰੈਕਟਰ ਦਿੱਤੇ ਜਾਣਗੇ ਕਦੇ ਸੋਚਿਆ ਸੀ ਚੀਜ਼? ਨਹੀਂ ਜੀ ਆਪਾਂ ਹੀ ਪਹਿਲਾਂ ਮੇਨ ਚੀਜ਼ ਘਰ ਦੇ ਕੰਮ ਕਰਦੇ ਸੀ ਕਬੱਡੀ ਖੇਡਦੇ ਸੀ ਸੱਟ ਲੱਗ ਗਈ ਸੀ ਆਪਾਂ ਛੱਡ ਗਏ ਸੀ। ਹਰਬਿੰਦਰ ਰੱਬੋਂ ਜੀ ਉਹਨਾਂ ਦੇ ਨਾਲ ਇਕੱਠੇ ਕਬੱਡੀ ਖੇਡਦੇ ਸੀ ਠੀਕ ਹੈ ਜੀ। ਉਸ ਤੋਂ ਬਾਅਦ ਬਸ ਕੰਮਾਂ ਕਾਰਾਂ 'ਚ ਪੈ ਗਏ ਕਬੂਤਰ ਰੱਖੇ ਹੋਏ ਸੀ ਆਪਣੇ ਬਾਕੀ ਆਪਣਾ ਫਾਰਮ ਸੀ ਡੌਗ ਫਾਰਮ ਜੀ ਠੀਕ ਹੈ ਜੀ ਆਪਣੇ ਵਧੀਆ ਸ਼ੌਂਕ ਰੱਖਦੇ ਹੋ? ਹਾਂ ਜੀ ਹੁਣ ਵੀ ਸ਼ੌਂਕ ਰੱਖਦੇ ਆਪਾਂ ਵਧੀਆ ਜਿੰਨੇ ਜਾਣਦੀ ਆਪਣੇ ਪੰਜਾਬ ਦੇ ਵਿੱਚ ਮੰਤਰੀ MLA ਸਾਰਿਆਂ ਨੂੰ ਆਪਣੇ ਉਤਰਾਂਚਲ ਤੱਕ ਸਨਮਾਨ ਖਾਨ ਨੂੰ ਵੀ ਆਪਣੇ ਦਿੱਤੇ ਆ ਡੋਗੀ। हाँ जी ठीक है ठीक है। तो भाई जी ये शौक न अपना जो कबूतरबाजी का शौक होने चल रहा वा जिवें उन्हां च नवें मुंडे होर आ रहे हैं उन्हां वालों की कोई सुनेहा जां कोई सुझाव देना चाहुंदे तुसीं जरूर दे सकते हो? हाँ जी वीरे आपां सारे वीरां नूं यही कहने आ जिहड़े नवें बंदे आ नवें मुंडे आ ना जी कबूतरबाजी करो ते ढंग ना करो वीर बन के सारे वधिया इंसाफ की गेम खेडो जिहदा जितदा चाहे कोई जवाक ने कबूतर छड्डदा उहदा जितण दो उहनूं पैसे मिलण दो कदे भी किसी ना कोई धक्का ना करो कबूतर बहंदा आप कटाओ ठीक है जी। इंसाफ दीयां बाजियां कराओ इंसाफ की बाजी गेम खेडो ही बस। प्लेयर दे बारे थोड़ी सहनशीलता जरूरी है बई पता की आ कोई बंदा कहंदा कोई बोलदा कापी वाला कोई जां कोई बंदा ना हर एक बंदे नूं ऐन सहनशीलता नाल गल करो जे आप अज कल टाइम यह जी वीर कहांगे वीर कहो जी ठीक है जी। कोई बंदा वधिया ढंग नाल गल करो मूहरों कोई कुछ नहीं बोलता जी सही गल करो किसी नाल भी करदे आपां हुण विच लोग हुंदे आ कबूतर बह गया जी वो लोग कहंदे आ बई तेरा कबूतर बह गया यार कौन कहंदा कित्थे बह गया सानूं लैके चलो पर वीरे इहो जिहियां चीज़ां तों परहेज रखो। वो देखो हुण जिहड़े कापी वाले आ मेन उन्हां ते इंसाफ करना विश्वास रखो बस भी हाँ वो अपने मेन बंदे ओह आ मेन सरपंच आ उन्हें सारा कुछ उन्होंने करना वो कि किसी का कोई वह होंगे भी वो बंदा मैनू नहीं वधिया उन्होंने जिताना जी उन्होंने इंसाफ करना जी। हाँ जी ਤੇ ਗੁਰਦੀਪ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੀਰੇ, ਧੰਨਵਾਦ। ਦੋਸਤੋ ਇਹ ਸਨ ਬਾਈ ਗੁਰਦੀਪ ਰੱਬੋ ਜੀ ਜਿਨ੍ਹਾਂ ਸਾਡੇ ਨਾਲ ਗੱਲਬਾਤ ਕੀਤੀ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੱਲ ਰਹੇ ਲਾਈਵ ਨੂੰ ਇਸੇ ਤਰ੍ਹਾਂ ਇੰਜੋਏ ਕਰਦੇ ਰਹੋ। ਤੁਹਾਡਾ ਲਾਈਵ ਦੇਖਣ ਲਈ ਬਹੁਤ ਬਹੁਤ ਧੰਨਵਾਦ।